ਹੈਲੋ, ਕਿੱਦਾਂ ਸਾਰਿਆਂ ਨੂੰ ਕੀ ਹਾਲ ਆ ਜੀ? ਮੈਂ ਤੁਹਾਡਾ ਹੈਰੀ ਸਿੰਘ। ਹਾਂਜੀ ਜੀ, ਅੱਜ ਦਾ ਛੋਟਾ ਜਿਹਾ ਵਲੋਗ ਬਣਾ ਲਓਗੇ ਹਾਂ ਜੀ, ਹਵੇਲੀ ਚੱਲੇ ਫੈਮਿਲੀ ਦੇ ਨਾਲ। ਮੈਂ ਕਿਹਾ ਚਲੋ ਤੁਹਾਡੇ ਨਾਲ ਸਾਂਝੇ ਕਰਦੇ ਹਾਂ, ਜਾਣ ਲੱਗੇ ਉੱਥੇ, ਸਾਰੀਆਂ ਮੂਵਮੈਂਟ ਜੋ ਵੀ ਆ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਅਤੇ ਬਾਕੀ ਇੰਜੋਏ ਕਰਾਂਗੇ ਫੈਮਿਲੀ ਦੇ ਨਾਲ। ਕਾਫੀ ਦੇਰ ਬਾਅਦ ਨਿਕਲਣ ਲੱਗੇ ਹਾਂ ਘਰੋਂ ਫੰਕਸ਼ਨ ਵਾਸਤੇ, ਅਤੇ ਨਵਾਂ ਵਲੋਗ ਹੋਏਗਾ ਹਵੇਲੀ ਵਾਲਾ। ਆਈ ਹੋਪ ਸੋ ਤੁਸੀਂ ਇੰਜੋਏ ਕਰੋਗੇ, ਅਤੇ ਵੀਡੀਓਸ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਅਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ। ਨਵੀਆਂ ਨਵੀਆਂ ਵਲੋਗਸ, ਨਵੀਂ ਨਵੀਆਂ ਵੀਡੀਓਸ ਤੁਹਾਡੇ ਲਈ ਆਉਂਦੀਆਂ ਰਹਿਣਗੀਆਂ, ਅਤੇ ਤੁਹਾਡੀ ਸਪੋਰਟ ਦੀ ਲੋੜ ਆ। ਕੀਪ ਸਪੋਰਟਿੰਗ ਐਂਡ ਹਿੱਟ ਲਾਈਕ। ਆਖੇ ਮਿਲਦੇ ਹਾਂ ਜੀ। ਚੱਲੇ ਹਾਂ ਜੀ, ਨਿਕਲਣ ਲੱਗੇ ਹਾਂ ਅਤੇ ਫੰਕਸ਼ਨ ਕਰਾਂਗੇ। ਅੱਜ ਚੀਟ ਡੇ ਆ, ਚੀਟ ਡੇ ਮਨਾਵਾਂਗੇ ਪੂਰਾ ਅੱਜ ਹਵੇਲੀ ਦਾ। ਇੰਜੋਏ ਕਰਦੇ ਹਾਂ, ਮਿਲਦੇ ਹਾਂ ਤੁਹਾਨੂੰ ਉੱਤੇ। ਗੱਡੀ ਲਾਈ ਆ ਅਤੇ ਰਸ਼ ਬਹੁਤ ਆ। ਦੀਪੂ ਦਾ ਇੱਧਰ ਨੂੰ ਲਿਆ ਆਇਆ ਨਹੀਂ ਗੱਡੀ, ਮੈਂ ਅੱਗੇ ਚਲਾ ਗਿਆ। ਜਦੋਂ ਜੁਆਇਨ ਕੀਤੀ ਸੀ ਨਾ, ਸਕੇਟ ਨੇ ਕਿਹੜਾ ਕੀਤਾ ਜੀ, ਇੰਨਾ ਮਿੰਟ ਇੱਦਾਂ। ਅਸੀਂ ਜੀ ਪਹੁੰਚ ਚੁੱਕੇ ਹਾਂ ਹਵੇਲੀ, ਫੈਮਿਲੀ ਦੇ ਹਾਂ। ਖਾਣ ਪੀਣ ਦੀ ਵਾਰੀ ਨੂੰ ਟਾਈਮ ਲੱਗਣਾ ਹਜੇ, 150ਵਾਂ ਨੰਬਰ ਚੱਲਦਾ ਪਿਆ ਅਤੇ ਸਾਡੀ ਵਾਰੀ ਹੈਗੀ 158ਵੇਂ ਨੰਬਰ 'ਤੇ, ਬੈਠੇ ਹਾਂ ਵੇਟ ਕਰ ਰਹੇ ਹਾਂ। ਟੇਬਲ ਮਿਲ ਗਿਆ ਜੀ, ਸੈਪਰੇਟ ਹੀ ਮਿਲਿਆ ਆਪਾਂ ਨੂੰ। ਆਰਡਰ ਲੈਣ ਆਏ ਨੇ ਭਾਈ ਹੁਣੇ, ਐਂਡ ਦਿਸ ਇਜ਼ ਦੀ ਮੈਨਿਊ। ਡਿਸਾਈਡ ਕਰਦੇ ਹਾਂ ਕੀ ਖਾਣਾ ਕੀ ਨਹੀਂ। ਬੱਚਾ ਪਾਰਟੀ ਬੈਠੀ ਹੋਈ ਹੈ, ਮੈਨੂ ਡਿਸਾਈਡ ਕਰ ਰਹੇ ਹਾਂ। ਰੋਟੀ ਦਾ ਦੇਖਦੇ ਹਾਂ ਕੀ ਖਾਣਾ ਕੀ ਖਾਣਾ ਕੀ ਨਹੀਂ। ਔਡਰ ਦੇ ਦਿੱਤਾ ਗਿਆ ਜੀ, ਆਉਂਦਾ ਅਤੇ ਤੁਹਾਡੇ ਨਾਲ ਸ਼ੇਅਰ ਕਰਦਾ ਉਹੀ ਸਟਾਰਟਰ ਦੇ ਵਿੱਚ ਜੋ ਮੰਗਵਾਇਆ, ਅਤੇ ਬਾਕੀ ਮੇਨ ਕੋਰਸ ਦੇ ਵਿੱਚ ਜੋ ਜੋ ਵੀ ਹੈਗਾ।
ਆ ਗਿਆ ਮਸਾਲਾ ਡੋਸਾ ਨੂਡਲਸ ਪਾਲਕ ਪਨੀਰ ਕੜਾਹੀ ਪਨੀਰ ਸ਼ਾਹੀ ਪਨੀਰ ਅਤੇ ਬਟਰ ਨਾਨ ਇੱਧਰ ਟੇਸਟੀ ਆ ਘਰਦੇ ਦੇ ਨਾਲ ਦੇਰ ਬਾਅਦ ਨਿਕਲੇ ਹਾਂ ਇੰਜੋਏ ਕਰ ਰਹੇ ਚੀਰਦੇ ਆ ਸਾਡਾ ਅੱਜ ਨਾਲ ਕਰਨ ਦੇ ਤਰ੍ਹਾਂ ਵਾਰ ਵਾਰ ਚੀੜਨ ਦੇ ਆ ਸਭ ਚੌਣਾ ਖਾਣ ਲੱਗਾ ਚਲੋ ਖਾ ਪੀ ਕੇ ਮੇਰੀ ਗੱਲ ਕਰਦੇ ਹਾਂ ਜੀ ਖਾਣ ਪੀਣ ਸਾਡਾ ਹੋ ਗਿਆ ਖਤਮ ਅਤੇ ਹੁਣ ਥੋੜ੍ਹਾ ਘੁੰਮਾ ਗਏ ਅਤੇ ਉਸ ਤੋਂ ਬਾਅਦ ਨਿਕਲਦੇ ਘਰ ਨੂੰ ਰਿੰਗ ਚੱਲ ਰਹੀ ਹੈ ਤਾਂ ਕਿ ਬਿੰਦਾ ਗੈਸਟ ਹੈ ਜਿਹੜਾ ਲਾਈਵ ਤੁਹਾਡਾ ਓਕੇ ਬਾਏ ਬਾਏ।